सब्सक्राइब टू आवर यूट्यूब चैनल, प्रेस द बेल आइकन टू गेट द लेटेस्ट अप। पंजाब सरकार तो पुरानी पेंशन स्कीम बहाल करन ते डीए दी बकाया किश्तां दी अदायगी समेत होर मंगां नूं लैके पंजाब मिनिस्ट्रियल सर्विसेज यूनियन दे बैनर हेठ सूबे दे विच 52 विभागां दे मुलाजम कलम छोड़ हड़ताल ते ने, जिस नूं लैके लुधियाणा मिनी सकत्तरत समेत वख-वख विभागां दे दफ्तरां दे विच आपो अपने पद्धर ते रोस प्रदर्शन कीते गए। मुलाजम आगुआ ने दोष लगाया है कि आम आदमी पार्टी ने विधानसभा चोणों तो पहला पेंशन स्कीम लागू करन दा दावा कीता सी, पर हर बार टाल दिता जांदा है। इस तरह डीए दीआं किश्तां बकाया पईआं ने। पंजाब मुलाजमां नूं केंद्र वल्लों 12% घट डीए मिल रहा है। मुख मंगां तों इलावा उन्हां दे कई होर भी मुद्दे बने हुए ने। मैं दसना चाहना कि सरकार जदों इलैक्शन तों पहलां साढ़े नाल इन्हां दी गलबात हुंदी सी तो उस वेले ये कहिंदे सी वी जिहड़े धरने मुजहरे है ये तुहानूं इस तों बाद नहीं करने पैणगे, तुसीं साडा सपोर्ट करो ते आने वाले टाइम दे विच जिहड़ियां तुहाडियां डिमांडां उहदे वास्ते तुहानूं इह संघर्ष करना नहीं पवेगा। पर मैं बड़े दुख दे नाल कह रहा कि अज समुच्चा मुलाजम वर्ग प्लस पेंशनर इस सरकार दा जिहड़ा उह भंडी प्रचार कर रहा, पिट स्यापा कर रहा, उहदा कारण की आ? कारण यह है कि सानूं इक डीए दी किस्त मिलदी आ, जदों सेंटर किस्त दिंदा तो सानूं पंजाब नूं भी जिहड़ी आ उसे पैटर्न ते किस्त मिलदी आ। सेंटर ने 3 किस्तां जिहड़ियां 12% दीआं जारी करतीआं, छोटियां छोटियां स्टेटां भी जिहड़ियां कि पंजाब नूं देखदियां हुंदियां सी ਉਹ ਸਾਰੀਆਂ ਨੇ ਸਟੇਟਾਂ ਨੇ ਵੀ ਜਿਹੜੀ ਆ ਉਹ 12% ਦੇ ਦਿੱਤਾ, ਪਰ ਪੰਜਾਬ ਦਾ ਜਿਹੜਾ ਪੈਨਸ਼ਨਰ ਅਤੇ ਮੁਲਾਜ਼ਮ ਆ ਉਹ 12% ਘੱਟ ਡੀਏ ਲੈ ਰਿਹਾ। ਅਸੀਂ ਇਹਨਾਂ ਨੂੰ ਕਿਹਾ ਸੀ ਵੀ ਦੀਵਾਲੀ ਦੇ ਵਿੱਚ ਸਾਨੂੰ ਜਿਹੜਾ ਉਹ ਸਾਡਾ ਬਣਦਾ ਹੱਕ ਸਾਨੂੰ ਦਿੱਤਾ ਜਾਵੇ, ਪਰ ਸਰਕਾਰ ਨੇ ਸਾਡੀ ਇੱਕ ਤਾਂ ਗੱਲ ਨਹੀਂ ਸੁਣੀ। ਸਰਕਾਰ ਆਪਣੇ ਹੋਰ ਜਿਹੜੀਆਂ ਸੂਬਿਆਂ ਦੇ ਵਿੱਚ ਜਾ ਕੇ ਭੰਡੀ ਪ੍ਰਚਾਰ ਕਰ ਰਹੀ ਹੈ। ਸਾਡੇ ਜਿਹੜੇ ਪੰਜਾਬ ਦੇ ਦਫ਼ਤਰੀ ਕਾਮੇ ਨੇ ਉਹ ਪਿਛਲੇ 8 ਦਿਨਾਂ ਤੋਂ ਸਟ੍ਰਾਈਕ ਕਰਕੇ ਬੈਠੇ ਨੇ। ਸਰਕਾਰ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਮੰਨ ਨਹੀਂ ਰਹੀ, ਕਿਉਂਕਿ ਅੱਗੇ ਹਰ ਇੱਕ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਔਰ ਪੈਨਸ਼ਨਰਾਂ ਨੂੰ ਜ਼ਰੂਰ ਕੋਈ ਨਾ ਕੋਈ ਵੱਡੀ ਰਾਹਤ ਦਿੱਤੀ ਹੈ, ਬਸ ਇਸ ਸਰਕਾਰ ਨੇ ਮੁਲਾਜ਼ਮਾਂ ਔਰ ਪੈਨਸ਼ਨਰਾਂ ਨੂੰ ਕੁਛ ਨਹੀਂ ਦਿੱਤਾ। ਲੋਕ ਦੀਵਾਲੀ ਤੋਂ ਪਹਿਲਾਂ ਡੀਏ ਦੀਆਂ ਕਿਸ਼ਤਾਂ ਉਡੀਕ ਰਹੇ ਸੀ, ਏਰੀਅਰ ਜਿਹੜਾ ਸਾਡਾ ਪੈਨਸ਼ਨਰਾਂ ਦਾ ਔਰ ਮੁਲਾਜ਼ਮਾਂ ਦਾ ਰਹਿੰਦਾ ਉਹਦੀ ਉਡੀਕ ਕਰ ਰਹੇ ਸੀ, ਪਰ ਸਰਕਾਰ ਨੇ ਨਾ ਕੋਈ ਏਰੀਅਰ ਦਿੱਤਾ ਅਤੇ ਨਾ ਹੀ ਕੋਈ ਸਾਨੂੰ ਜਿਹੜੇ ਡੀਏ ਦੀਆਂ ਕਿਸ਼ਤਾਂ ਸਾਡੀਆਂ ਪੈਂਡਿੰਗ ਨੇ ਉਹ ਦਿੱਤੀਆਂ ਨੇ। ਅਸੀਂ ਕੋਈ ਨਵੀਂ ਮੰਗ ਨਹੀਂ ਮੰਨ ਰਹੇ ਸੀ, ਮੰਗ ਰਹੇ ਸੀ, ਅਸੀਂ ਸਰਕਾਰ ਨੂੰ ਇਹ ਕਹਿ ਰਹੇ ਸੀ ਕਿ ਸਾਡਾ ਜੋ ਡੀਏ ਆ ਸੈਂਟਰ ਸਰਕਾਰ ਨੇ ਦਿੱਤਾ ਹੋਇਆ ਅਤੇ ਪੰਜਾਬ ਸਰਕਾਰ ਵੀ ਸਾਨੂੰ ਜ਼ਰੂਰ ਦੀਵਾਲੀ ਤੋਂ ਪਹਿਲਾਂ ਦੇਵੇ। ਬਾਕੀ ਸਰਕਾਰਾਂ ਜਿਵੇਂ ਹਰਿਆਣੇ ਦੀ ਸਰਕਾਰ ਹੈ, ਹਿਮਾਚਲ ਦੀ ਸਰਕਾਰ ਹੈ, ਰਾਜਸਥਾਨ ਸਰਕਾਰ ਹੈ, ਉਹਨਾਂ ਸਾਰੀਆਂ ਸਰਕਾਰਾਂ ਵੱਲੋਂ ਜੋ ਡੀਏ ਦੀਆਂ ਕਿਸ਼ਤਾਂ ਨੇ ਉਹ ਦਿੱਤੀਆਂ ਜਾ ਚੁੱਕੀਆਂ ਨੇ, ਪਰ ਸਾਡਾ ਪੰਜਾਬ ਦੇ ਮੁਲਾਜ਼ਮਾਂ ਔਰ ਪੈਨਸ਼ਨਰਾਂ ਦਾ 12% ਡੀਏ ਸਰਕਾਰ ਨੇ ਰੋਕਿਆ ਹੋਇਆ ਜੋ ਕਿ ਸਰਕਾਰ ਅਜੇ ਤੱਕ ਰਿਲੀਜ਼ ਨਹੀਂ ਕਰ ਲਈ। ਇਸੇ ਤਰ੍ਹਾਂ ਹੀ ਸਾਡੀ ਜਿਹੜੀ ਰਿਵਾਇਜ ਪੈਨਸ਼ਨ ਦੀ ਏਰੀਅਰ ਹੈ ਸਾਡਾ, ਉਹ ਵੀ ਸਾਡਾ ਪੈਨਸ਼ਨਰਾਂ ਔਰ ਮੁਲਾਜ਼ਮਾਂ ਨੂੰ ਨਹੀਂ ਮਿਲ ਰਿਹਾ, ਉਹ ਵੀ ਸਾਡੀ ਬੜੀ ਵੱਡੀ ਮੰਗ ਹੈ, ਲੇਕਿਨ ਉਹਦੇ ਬਾਰੇ ਵੀ ਸਰਕਾਰ ਕੁਛ ਸਾਡੇ ਲਈ ਕੁਛ ਸੋਚ ਨਹੀਂ ਰਹੀ। ਜਿੱਥੋਂ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਨਾਲ ਸੰਬੰਧ ਹੈ, ਮੁਲਾਜ਼ਮ ਕੋਈ ਵੱਡੀ ਮੰਗ ਨਹੀਂ ਉਹਨਾਂ ਦੀ, ਉਹ ਇੱਕ ਪੁਰਾਣੀ ਪੈਨਸ਼ਨ ਦੀ ਬਹਾਲੀ ਵਾਸਤੇ ਜ਼ੋਰ ਲਾ ਰਹੇ ਨੇ, ਕਿਉਂਕਿ ਪੈਨਸ਼ਨ ਤੋਂ ਬਗੈਰ ਜਿਹੜੇ ਬੱਚਿਆਂ ਨੂੰ ਮਗਰੋਂ ਟੱਬਰ ਜਿਹੜਾ ਸਾਂਭਦਾ ਨਹੀਂ ਬਜ਼ੁਰਗਾਂ ਨੂੰ, ਇਸ ਕਰਕੇ ਪੈਨਸ਼ਨ ਜਿਹੜੀ ਮਿਲਣੀ ਉਹ ਬਹੁਤ ਜ਼ਰੂਰੀ ਹੈ। ਸੋ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਸਾਡੀ ਜਿਹੜੀ ਓਲਡ ਪੈਨਸ਼ਨ ਸਕੀਮ ਹੈ ਉਹ ਲਾਗੂ ਕੀਤੀ ਜਾਵੇ, ਕਿਉਂਕਿ ਇਸ ਬਾਰੇ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਦੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ। ਜਿਹੜੀ ਇਹ ਸਟ੍ਰਾਈਕ ਸਾਡੀ 7/11 ਤੋਂ ਕੰਟੀਨਿਊ 20/11 ਤੱਕ ਚੱਲਣੀ ਹੈ, ਇਹ ਬੜੀ ਰੋਸ ਨਾਲ ਅਤੇ ਭਰੇ ਮਨ ਨਾਲ ਕਹਿਣਾ ਪੈ ਰਿਹਾ ਕਿ ਸਰਕਾਰ ਜੋ ਗਰੰਟੀਆਂ ਅਤੇ ਵਾਅਦੇ ਲੈ ਕੇ ਆਈ ਸੀ, ਮੁਲਾਜ਼ਮਾਂ ਨੇ ਵੀ ਭਰਪੂਰ ਇਹਨਾਂ ਨੂੰ ਹੁੰਗਾਰਾ ਭਰਿਆ ਸੀ। ਪਹਿਲੇ 5 ਰਾਉਂਡ ਜਿਹੜੇ ਬੈਲਟ ਪੇਪਰ ਸੀ ਉਹ ਟੁੱਟੇ ਹੀ ਨਹੀਂ ਗਏ ਤਾਂ 92 ਤੱਕ ਪਹੁੰਚੇ, ਬਟ ਇਹਨਾਂ ਨੇ ਤਾਂ ਸਾਨੂੰ ਡੀਏ ਤੱਕ ਨਹੀਂ ਦਿੱਤਾ। 12% ਅਸੀਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੋਂ ਪਿੱਛੇ ਚੱਲ ਰਹੇ ਹਾਂ। ਪੁਰਾਣੀ ਪੈਨਸ਼ਨ ਜਿਹੜੀ ਕਿ ਇਹ ਗੱਲ ਕਹੀ ਗਈ ਸੀ ਕਿ ਪਹਿਲੀ ਕੈਬਨਿਟ ਦੀ ਮੀਟਿੰਗ 'ਚ ਹੀ ਲਾਗੂ ਕਰ ਦਿੱਤੀ ਜਾਵੇਗੀ, ਲਗਭਗ 2.5 ਸਾਲ ਦਾ ਸਮਾਂ ਸਰਕਾਰ ਦਾ ਹੋ ਗਿਆ। ਸਬ ਕਮੇਟੀ ਦੇਖੋ ਨੋਟੀਫਿਕੇਸ਼ਨ ਜਾਰੀ ਕਰਕੇ ਅਧੂਰੀ ਸਬ ਕਮੇਟੀ ਬਣਾਈ ਗਈ ਹੈ ਜਿਹਦਾ ਕੋਈ ਤੁੱਕ ਨਹੀਂ ਬਣਦੀ ਹੈਗੀ। ਸੈਂਟਰ ਜਿਹੜੀ ਸਰਕਾਰ ਹਿਮਾਚਲ ਸਰਕਾਰ ਆ ਸੁਖਵਿੰਦਰ ਸਿੰਘ ਸੁੱਖੂ ਦੀ, ਕਾਂਗਰਸ ਸਰਕਾਰ ਨੇ ਪਹਿਲੀ ਕੈਬਨਿਟ ਦੀ ਮੀਟਿੰਗ 'ਚ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕਰਤੀ। ਸਾਡੇ ਹੋਰ ਵੀ ਮੁੱਦੇ ਨੇ, ਪਰ ਪੱਖ ਦਾ ਮੁੱਦਾ ਜਿਹੜਾ ਪੁਰਾਣੀ ਪੈਨਸ਼ਨ ਆ, 12% ਸਾਡੇ ਡੀਏ ਪੈਂਡਿੰਗ ਆ। ਪਹਿਲੀ ਵਾਰ ਹੋਇਆ ਕਿ ਕਾਲੀ ਦਿਵਾਲੀ ਜਿਹੜੀ ਮੁਲਾਜ਼ਮਾਂ ਨੇ ਮਨਾਈ ਆ, ਔਰ ਇੰਨੇ ਮੈਨੂੰ 33 ਸਾਲ ਦੀ ਸਰਵਿਸ ਹੋ ਗਈ, ਪਹਿਲੀ ਵਾਰ ਆ ਕਿ ਦਿਵਾਲੀ 'ਤੇ ਮੁਲਾਜ਼ਮਾਂ ਨੂੰ ਕੁਛ ਨਹੀਂ ਦਿੱਤਾ। ਸਰ
सर तुसीं देख लो भी जिल खजाना दफ्तर च मूहरे रैली हो रही है और खजाने च जिहड़ा मुलाजम तनखाह लै रहा वा वह सारे स्ट्राइक ने। डीसी दफ्तर हो गया, एक्साइज हो गया, PWD, खेतीबाड़ी, फूड एंड सप्लाई, एजुकेशन, सारे जिन्हें डिपार्ट, मच्छी पालन, ITI, जिन्ने मुलाजम ने सारे ही स्ट्राइक ने। जे खजाना भरिया वा जी रीढ़ की हड्डी आ, पार्ट एंड पार्सल आ, कलैरिकल कामे ने, होर जिहड़े साथी फाइल पुट अप करते हैं फिर वो दरिया तो क्यों आन कुर्सियां घूम के उठ के। सर तनखा नहीं, साडा DA है, तीन किस्तां पिछे चल रहे हैं। पंजाब सरकार के मुलाजम 34% DA लै रहे हैं जदों की केंद्र सरकार के मुलाजम जिहड़े 46% DA लै रहे हैं और साडा एरियर 1-1-16 तो 30-6-21 का पेंडिंग पिया वा, यदि एक भी किस्त जारी नहीं की, जदों की अगला पे कमीशन आने च भी सिर्फ 2 साल रह गए ने। सारे पंजाब चा जी, साढ़े अमरीक सिंह संधू जी ने, पंजाब स्टेट मसीजर सर्विस यूनियन के स्टेट प्रधान ने, पिप्पल सिंह जी फिरोजपुर तो DC दफ्तर लगे ने, वो साढ़े जनरल सैकटरी ने, पंजाब सरकार का एक दफ्तर बंद है जी। देखो जी, सानू सरकार हुण मीटिंग सद लवे क्योंकि गल टेबल टॉक ते मुकनी आ के जो टेबल टॉक कर लेंदे आ, ते असी भी चाहुंदे आ वी असी सरकार दे जिहड़ा कम करिए, लोकां दा कम करिए, ते साडी जिहड़ी गलबात राही साडे मसले जिहड़े पाइपलाइन च आ उह बाहर आ सकन। जी मेन डिमांडा ने जिमें साड़ी पुरानी पेंशन, सब तो पहली डिमांड, दूजी साड़ी DA की किस्त 15-1-15 लैटर, 17-7-2020 जिहड़े साढ़े नवे साथी नूं सेंटर स्केल देता, उन्हां समेत साड़ी 16 डिमांडा होर ने जिन्हां उत्ते ही धरना ओह लाया पेंडिंग स्ट्राइक चलदी भी। देखो जी सर, पुरानी पेंशन डिमांड लगातार 7-8 साल तो चलती भी, जी आम आदमी पार्टी सरकार बनी सी आ पुरानी पेंशन नाती बनी सी, क्योंकि 2018 च मानयोग साढ़े जेडे दिल्ली मुख्यमंत्री ने अरविंद केजरीवाल जी साढ़े मंच से आए थे, दिल्ली रैली ही की 2018 च NOPS के झंडे थले, उन्होंने कहा है कि जी भी स्टेट से साड़ी सरकार बनती पुरानी पेंशन पहल के आधार पर होगी। 2021 जेडे साढ़े उन्होंने वित्त मंत्री साहब ने चिम्मा जी, हरपाल सिंह चिम्मा जी, मानयोग हरपाल सिंह चिम्मा जी, उन्होंने भी साढ़े मंच से साड़ी तख्ती फड़ के कहा है कि साड़ी सरकार बंदे पहल के आधार पर पुरानी पेंशन स्कीम लागू की जाऊगी। पिछले साल 2022 अपने माननीय मुख्यमंत्री साहब जी ने दिवाली के मौके पर एक तोहफा दिता है मुलाजमान को कि पुरानी पेंशन बहाल करती, पर हले तक 1 साल तो वध समा हो गया, पुरानी पेंशन किसी भी कर्मचारी से बहाल नहीं हुई, बस वो एक तोहफा से गया और लखा रुपये एडवरटाइजमेंट दूजे स्टेटा च ला के मतलब वोट बैंक लैन वास्ते उन्होंने सिर्फ वह प्रचार किया जा रहा, पर पंजाब च हले भी किसी भी कर्मचारी से पुरानी पेंशन लागू नहीं हुई, ना GP फंड के खाते खुले। जब तक सरकार साड़ी जी मेन डिमांडा ने इन्हों लागू जारी नहीं करती या सानू कोई नोटिफिकेशन देती या साड़ी पुरानी पेंशन SOP नहीं लागू करती, उद तक लगातार 20 तरीक तक साड़ी पेंडाउन स्ट्राइक है ही है, उस तो बाद जो सीनियर लीडरशिप वालों मीटिंग करने तो बाद अगला संघर्ष होर तिखा किया जाएगा।